ਜੇਕਰ ਭਗਵੰਤ ਸਿੰਘ ਮਾਨ ਮੇਰੇ ਤੋਂ ਪੁੱਛਣ ਤਾਂ ਮੈਂ ਲਿਸਟ ਭ੍ਰਿਸ਼ਟ ਮੰਤਰੀਆਂ ਦੀ ਭਗਵੰਤ ਮਾਨ ਨੂੰ ਦੇ ਸਕਦਾ। ਜੇ ਮਾਨ ਨੇ ਪਹਿਲਾਂ ਕੀਤਾ ਤਾਂ ਸ਼ੁਰੂ ਤੋਂ ਕਿਉਂ ਨਹੀਂ ਦਿੱਤੀ? 4.5 ਸਾਲ ਸੁੱਤੇ ਰਹੇ, 4.5 ਸਾਲ ਆਪ ਸੁੱਤੇ ਰਹੇ, ਕਮਰੇ ਉੱਥੋਂ ਨਹੀਂ ਨਿਕਲੇ। ਜਦੋਂ ਉੱਥੇ ਸਾਰਾ ਰੇਤਾ ਬਜਰੀ ਹੋ ਰਿਹਾ ਸੀ ਤਾਂ ਨਵਜੋਤ ਸਿੱਧੂ ਲੈ ਕੇ ਆਇਆ ਸੀਗਾ ਬਈ, ਤਾਂ ਹੀ ਚੜੀ ਬਈ ਉਹ ਨਹੀਂ ਚਾਹੁੰਦਾ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਗਲਤ ਕੰਮ ਹੋਵੇ, ਤਾਂ ਉਹਦੇ ਲਈ ਇੱਕ ਸਿਸਟਮ ਬਣਾ ਲਓ। ਤੁਸੀਂ ਪਿਛਲਾ ਛੱਡ ਦਿਉ ਪਰ ਅਗਲਾ ਸਿਸਟਮ ਇਹੋ ਜਿਹਾ ਬਣਾਓ ਜਿਹਦੇ ਨਾਲ ਕੋਈ ਵੀ ਉਹ ਨਾ ਕਰ ਸਕੇ, ਅਤੇ ਬਾਹਰਲੇ ਲੋਕ ਆ ਕੇ ਇੱਥੇ ਇਨਵੈਸਟ ਕਰਨ ਤਾਂ ਕਿ ਸਾਡੇ ਬੱਚੇ ਬਾਹਰ ਨਾ ਜਾਣ। ਉਸ ਤੋਂ ਚੰਗਾ ਇੱਥੇ ਬੈਠ ਕੇ ਜਦੋਂ ਕਾਲਜਾਂ 'ਚ ਅੱਛੀ ਪੜ੍ਹਾਈ ਹੋਵੇ, ਅੱਛੀ ਸਿਹਤ ਮਿਲੇ, ਇਸੇ ਗੱਲ 'ਤੇ ਤਾਂ ਵਰਕ ਕਰ ਰਹੇ ਸੀ ਜੋ ਅਸੀਂ ਕਹਿ ਰਹੇ ਸੀ, ਉਹੀ ਉਹ ਭਗਵੰਤ ਮਾਨ ਕਹਿ ਕੇ ਜਿੱਤੇ, ਆਹੀ ਚਾਹ ਰਹੇ ਸੀ ਨਾ, ਅਤੇ ਸਾਡੀ ਸੁਣ ਲੈਂਦੇ। ਅਤੇ ਅੱਜ ਅਸੀਂ ਤਾਂ ਸੀ ਐਮ ਮੰਗਿਆ ਨਹੀਂ ਸੀ, ਆਪ ਸੀ ਐਮ ਹੁੰਦੇ, ਆਪ ਸੁੱਤੇ ਰਹੇ 4.5 ਸਾਲ, ਢਿੱਲੇ ਦਾ ਕੰਮ ਨਹੀਂ ਕੀਤਾ, ਸਾਰਿਆਂ ਨੂੰ ਬਦਨਾਮ ਕਰਤਾ, ਕਿਸੇ ਨੂੰ ਕਰਨ ਨਹੀਂ ਦਿੱਤਾ। ਤਾਂ ਜਿਹਨੇ ਕਰਨਾ ਸੀ ਉਹਦੇ ਪਿੱਛੇ ਪੈ ਰਹੇ, ਜਿਹੜਾ ਚੰਗਾ ਬੰਦਾ ਸੀ, ਜਿਹੜਾ ਕਹਿੰਦਾ ਸੀ ਵੀ ਚੰਗੇ ਕੰਮ ਕਰੋ ਮਾੜੇ ਕੰਮ ਨਾ ਕਰੋ, ਉਹਦੇ ਪਿੱਛੇ ਪੈ ਰਹੇ, ਸਾਰੀ ਤਾਕਤ ਉਸ 'ਚ ਲਵਾ ਤੀ। ਅਤੇ ਉਦੋਂ ਚੰਗੇ, ਹੁਣ ਕਿਉਂ ਨਾਮ ਦੱਸ ਰਹੇ? ਉਦੋਂ ਨਾਲ ਦੀ ਨਾਲ ਨਾਮ ਦੱਸਦੇ ਜਿਵੇਂ ਭਗਵੰਤ ਮਾਨ ਨੇ ਦੱਸਿਆ, ਤਾਂ ਕਿ ਲੋਕ ਡਰ ਕੇ ਕਰਦੇ ਹੀ ਨਾ ਬੁਰੇ ਕੰਮ। ਹੁਣ ਤਾਂ ਉਹ ਕਰ ਚੁੱਕੇ ਜਿਹਨਾਂ ਨੇ ਕਰਨੇ ਸੀ, ਹੁਣ ਤਾਂ ਲੁੱਟ ਚੁੱਕੇ ਪੰਜਾਬ ਨੂੰ, ਉਸ ਤੋਂ ਬਾਅਦ ਬੋਲਣ ਦਾ ਕੀ ਫਾਇਦਾ? ਜੇਕਰ ਭਗਵੰਤ ਸਿੰਘ ਮਾਨ ਮੇਰੇ ਤੋਂ ਪੁੱਛਣ ਤਾਂ ਮੈਂ ਲਿਸਟ ਭ੍ਰਿਸ਼ਟ ਮੰਤਰੀਆਂ ਦੀ ਭਗਵੰਤ ਮਾਨ ਨੂੰ ਦੇ ਸਕਦਾ। ਜੇ ਮਾਨ ਨੇ ਪਹਿਲਾਂ ਕੀਤਾ ਤਾਂ ਸ਼ੁਰੂ ਤੋਂ ਕਿਉਂ ਨਹੀਂ ਦਿੱਤੀ? 4.5 ਸਾਲ ਸੁੱਤੇ ਰਹੇ, 4.5 ਸਾਲ ਆਪ ਸੁੱਤੇ ਰਹੇ, ਕਮਰੇ ਉੱਥੋਂ ਨਹੀਂ ਨਿਕਲੇ। ਜਦੋਂ ਉੱਥੇ ਸਾਰਾ ਰੇਤਾ ਬਜਰੀ ਹੋ ਰਿਹਾ ਸੀ ਤਾਂ ਨਵਜੋਤ ਸਿੱਧੂ ਲੈ ਕੇ ਆਇਆ ਸੀਗਾ ਬਈ, ਤਾਂ ਹੀ ਚੜੀ ਬਈ ਉਹ ਨਹੀਂ ਚਾਹੁੰਦਾ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਗਲਤ ਕੰਮ ਹੋਵੇ, ਤਾਂ ਉਹਦੇ ਲਈ ਇੱਕ ਸਿਸਟਮ ਬਣਾ ਲਓ। ਤੁਸੀਂ ਪਿਛਲਾ ਛੱਡ ਦਿਉ ਪਰ ਅਗਲਾ ਸਿਸਟਮ ਇਹੋ ਜਿਹਾ ਬਣਾਓ ਜਿਹਦੇ ਨਾਲ ਕੋਈ ਵੀ ਉਹ ਨਾ ਕਰ ਸਕੇ, ਅਤੇ ਬਾਹਰਲੇ ਲੋਕ ਆ ਕੇ ਇੱਥੇ ਇਨਵੈਸਟ ਕਰਨ ਤਾਂ ਕਿ ਸਾਡੇ ਬੱਚੇ ਬਾਹਰ ਨਾ ਜਾਣ। ਉਸ ਤੋਂ ਚੰਗਾ ਇੱਥੇ ਬੈਠ ਕੇ ਜਦੋਂ ਕਾਲਜਾਂ 'ਚ ਅੱਛੀ ਪੜ੍ਹਾਈ ਹੋਵੇ, ਅੱਛੀ ਸਿਹਤ ਮਿਲੇ, ਇਸੇ ਗੱਲ 'ਤੇ ਤਾਂ ਵਰਕ ਕਰ ਰਹੇ ਸੀ ਜੋ ਅਸੀਂ ਕਹਿ ਰਹੇ ਸੀ, ਉਹੀ ਉਹ ਭਗਵੰਤ ਮਾਨ ਕਹਿ ਕੇ ਜਿੱਤੇ, ਆਹੀ ਚਾਹ ਰਹੇ ਸੀ ਨਾ, ਅਤੇ ਸਾਡੀ ਸੁਣ ਲੈਂਦੇ। ਅਤੇ ਅੱਜ ਅਸੀਂ ਤਾਂ ਸੀ ਐਮ ਮੰਗਿਆ ਨਹੀਂ ਸੀ, ਆਪ ਸੀ ਐਮ ਹੁੰਦੇ, ਆਪ ਸੁੱਤੇ ਰਹੇ 4.5 ਸਾਲ, ਢਿੱਲੇ ਦਾ ਕੰਮ ਨਹੀਂ ਕੀਤਾ, ਸਾਰਿਆਂ ਨੂੰ ਬਦਨਾਮ ਕਰਤਾ, ਕਿਸੇ ਨੂੰ ਕਰਨ ਨਹੀਂ ਦਿੱਤਾ। ਤਾਂ ਜਿਹਨੇ ਕਰਨਾ ਸੀ ਉਹਦੇ ਪਿੱਛੇ ਪੈ ਰਹੇ, ਜਿਹੜਾ ਚੰਗਾ ਬੰਦਾ ਸੀ, ਜਿਹੜਾ ਕਹਿੰਦਾ ਸੀ ਵੀ ਚੰਗੇ ਕੰਮ ਕਰੋ ਮਾੜੇ ਕੰਮ ਨਾ ਕਰੋ, ਉਹਦੇ ਪਿੱਛੇ ਪੈ ਰਹੇ, ਸਾਰੀ ਤਾਕਤ ਉਸ 'ਚ ਲਵਾ ਤੀ। ਅਤੇ ਉਦੋਂ ਚੰਗੇ, ਹੁਣ ਕਿਉਂ ਨਾਮ ਦੱਸ ਰਹੇ? ਉਦੋਂ ਨਾਲ ਦੀ ਨਾਲ ਨਾਮ ਦੱਸਦੇ ਜਿਵੇਂ ਭਗਵੰਤ ਮਾਨ ਨੇ ਦੱਸਿਆ, ਤਾਂ ਕਿ ਲੋਕ ਡਰ ਕੇ ਕਰਦੇ ਹੀ ਨਾ ਬੁਰੇ ਕੰਮ। ਹੁਣ ਤਾਂ ਉਹ ਕਰ ਚੁੱਕੇ ਜਿਹਨਾਂ ਨੇ ਕਰਨੇ ਸੀ, ਹੁਣ ਤਾਂ ਲੁੱਟ ਚੁੱਕੇ ਪੰਜਾਬ ਨੂੰ, ਉਸ ਤੋਂ ਬਾਅਦ ਬੋਲਣ ਦਾ ਕੀ ਫਾਇਦਾ? ਜੇਕਰ ਭਗਵੰਤ ਸਿੰਘ ਮਾਨ ਮੇਰੇ ਤੋਂ ਪੁੱਛਣ ਤਾਂ ਮੈਂ ਲਿਸਟ ਭ੍ਰਿਸ਼ਟ ਮੰਤਰੀਆਂ ਦੀ ਭਗਵੰਤ ਮਾਨ ਨੂੰ ਦੇ ਸਕਦਾ। ਜੇ ਮਾਨ ਨੇ ਪਹਿਲਾਂ ਕੀਤਾ ਤਾਂ ਸ਼ੁਰੂ ਤੋਂ ਕਿਉਂ ਨਹੀਂ ਦਿੱਤੀ? 4.5 ਸਾਲ ਸੁੱਤੇ ਰਹੇ, 4.5 ਸਾਲ ਆਪ ਸੁੱਤੇ ਰਹੇ, ਕਮਰੇ ਉੱਥੋਂ ਨਹੀਂ ਨਿਕਲੇ। ਜਦੋਂ ਉੱਥੇ ਸਾਰਾ ਰੇਤਾ ਬਜਰੀ ਹੋ ਰਿਹਾ ਸੀ ਤਾਂ ਨਵਜੋਤ ਸਿੱਧੂ ਲੈ ਕੇ ਆਇਆ ਸੀਗਾ ਬਈ, ਤਾਂ ਹੀ ਚੜੀ ਬਈ ਉਹ ਨਹੀਂ ਚਾਹੁੰਦਾ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਗਲਤ ਕੰਮ ਹੋਵੇ, ਤਾਂ ਉਹਦੇ ਲਈ ਇੱਕ ਸਿਸਟਮ ਬਣਾ ਲਓ। ਤੁਸੀਂ ਪਿਛਲਾ ਛੱਡ ਦਿਉ ਪਰ ਅਗਲਾ ਸਿਸਟਮ ਇਹੋ ਜਿਹਾ ਬਣਾਓ ਜਿਹਦੇ ਨਾਲ ਕੋਈ ਵੀ ਉਹ ਨਾ ਕਰ ਸਕੇ, ਅਤੇ ਬਾਹਰਲੇ ਲੋਕ ਆ ਕੇ ਇੱਥੇ ਇਨਵੈਸਟ ਕਰਨ ਤਾਂ ਕਿ ਸਾਡੇ ਬੱਚੇ ਬਾਹਰ ਨਾ ਜਾਣ। ਉਸ ਤੋਂ ਚੰਗਾ ਇੱਥੇ ਬੈਠ ਕੇ ਜਦੋਂ ਕਾਲਜਾਂ 'ਚ ਅੱਛੀ ਪੜ੍ਹਾਈ ਹੋਵੇ, ਅੱਛੀ ਸਿਹਤ ਮਿਲੇ, ਇਸੇ ਗੱਲ 'ਤੇ ਤਾਂ ਵਰਕ ਕਰ ਰਹੇ ਸੀ ਜੋ ਅਸੀਂ ਕਹਿ ਰਹੇ ਸੀ, ਉਹੀ ਉਹ ਭਗਵੰਤ ਮਾਨ ਕਹਿ ਕੇ ਜਿੱਤੇ, ਆਹੀ ਚਾਹ ਰਹੇ ਸੀ ਨਾ, ਅਤੇ ਸਾਡੀ ਸੁਣ ਲੈਂਦੇ। ਅਤੇ ਅੱਜ ਅਸੀਂ ਤਾਂ ਸੀ ਐਮ ਮੰਗਿਆ ਨਹੀਂ ਸੀ, ਆਪ ਸੀ ਐਮ ਹੁੰਦੇ, ਆਪ ਸੁੱਤੇ ਰਹੇ 4.5 ਸਾਲ, ਢਿੱਲੇ ਦਾ ਕੰਮ ਨਹੀਂ ਕੀਤਾ, ਸਾਰਿਆਂ ਨੂੰ ਬਦਨਾਮ ਕਰਤਾ, ਕਿਸੇ ਨੂੰ ਕਰਨ ਨਹੀਂ ਦਿੱਤਾ। ਤਾਂ ਜਿਹਨੇ ਕਰਨਾ ਸੀ ਉਹਦੇ ਪਿੱਛੇ ਪੈ ਰਹੇ, ਜਿਹੜਾ ਚੰਗਾ ਬੰਦਾ ਸੀ, ਜਿਹੜਾ ਕਹਿੰਦਾ ਸੀ ਵੀ ਚੰਗੇ ਕੰਮ ਕਰੋ ਮਾੜੇ ਕੰਮ ਨਾ ਕਰੋ, ਉਹਦੇ ਪਿੱਛੇ ਪੈ ਰਹੇ, ਸਾਰੀ ਤਾਕਤ ਉਸ 'ਚ ਲਵਾ ਤੀ। ਅਤੇ ਉਦੋਂ ਚੰਗੇ, ਹੁਣ ਕਿਉਂ ਨਾਮ ਦੱਸ ਰਹੇ? ਉਦੋਂ ਨਾਲ ਦੀ ਨਾਲ ਨਾਮ ਦੱਸਦੇ ਜਿਵੇਂ ਭਗਵੰਤ ਮਾਨ ਨੇ ਦੱਸਿਆ, ਤਾਂ ਕਿ ਲੋਕ ਡਰ ਕੇ ਕਰਦੇ ਹੀ ਨਾ ਬੁਰੇ ਕੰਮ। ਹੁਣ ਤਾਂ ਉਹ ਕਰ ਚੁੱਕੇ ਜਿਹਨਾਂ ਨੇ ਕਰਨੇ ਸੀ, ਹੁਣ ਤਾਂ ਲੁੱਟ ਚੁੱਕੇ ਪੰਜਾਬ ਨੂੰ, ਉਸ ਤੋਂ ਬਾਅਦ ਬੋਲਣ ਦਾ ਕੀ ਫਾਇਦਾ?